इन्हां दे कबूतरां दा शौक कराइए, क्योंकि असीं जदों आप शौक करांगे फिर दोस्तां भरावां नूं वी शौक करावांगे। वेखो माशाला पर कबूतर दा जिन्ना कलर ए सी अख चिट्टी सी, ਉਹਦੀ ਅੱਖ ਚਿੱਟੀ ਸੀ, ਅੱਖ ਚਿੱਟੀ ਤੇ ਬਾਕੀ ਜਿਹੜਾ ਕਲਰ ਹੈ ਸੇਮ ਮਾਸ਼ਾਅੱਲਾ। ਅੱਛਾ ਜੀ ਜ਼ਬਰਦਸਤ, ਇਹਨੇ ਸਾਨੂੰ ਬੜੇ ਆਪਣੇ ਦਿਲੀ ਤੌਰ ਤੇ ਗਿਫਟ ਕੀਤਾ ਜੀ ਮਾਸ਼ਾਅੱਲਾ। ਇਹ ਵੇਖੋ ਜੀ ਪਰਿੰਦਾ, ਮਾਸ਼ਾਅੱਲਾ ਪਰ ਚੈੱਕ ਕਰੋ, ਮੁਸਲਿਮ ਟਾਊਨ ਵਾਲੀ ਛੱਤ ਤੋਂ ਮਾਸ਼ਾਅੱਲਾ 7 ਵਜੇ ਕਬੂਤਰੀ ਬਰਾਬਰ ਹੋਈ ਸੀ ਨਾ ਜੀ ਮਾਸ਼ਾਅੱਲਾ, ਇਸ ਕਬੂਤਰ ਦੀ ਪੱਟੀ ਸੀ। ਇਹਦਾ ਸ਼ੌਕ ਤੁਹਾਨੂੰ ਕਰਾਣੇ ਆ ਜੀ ਅਸੀਂ ਬਾਈ। ਆਊਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਤੇ ਇਸ ਤੋਂ ਇਲਾਵਾ ਜਿੰਨੇ ਹੋਰ ਮੁਲਕਾਂ 'ਚ ਸਾਡੇ ਦੋਸਤ ਸਹਿਬਾ ਵੇਖਦੇ ਨੇ, ਤਮਾਮ ਦੋਸਤਾਂ ਅਤੇ ਭਰਾਵਾਂ ਨੂੰ ਉਸਤਾਦ ਅਲੀ ਇਮਰਾਨ ਦਾ ਦਿਲੋਂ ਸਲਾਮ ਕਬੂਲ ਹੋਵੇ ਜੀ। ਮਾਸ਼ਾਅੱਲਾ ਜੀ, ਬਹੁਤ ਦੇਰਾਂ ਤੋਂ ਬਾਅਦ ਮੈਂ ਵੀਡੀਓ ਲੈ ਕੇ ਦੁਬਾਰਾ ਹਾਜ਼ਰ ਹੋਇਆ ਵਾਂ, ਕਿਉਂਕਿ ਕੁਝ ਘਰ ਦੀ ਮਸਰੂਫੀਅਤ ਸੀ ਅਤੇ ਤੁਹਾਨੂੰ ਪਤਾ ਹੈ ਕਿ ਵਿਹਾੜੀ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਪੁਆਇੰਟ ਉੱਡ ਰਹੇ ਨੇ, ਉਹਨਾਂ ਪੁਆਇੰਟਾਂ 'ਚ ਆਪਣੀ ਐਂਟਰੀ ਹੈ, ਕੁਝ 1-on-1 ਬਾਜ਼ੀਆਂ ਵੀ ਨੇ ਅਤੇ ਉਹਦੀਆਂ ਤਿਆਰੀਆਂ ਸ਼ਿਆਰੀਆਂ ਵੀ ਕਰਨੀਆਂ ਸਨ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਘਰੋਂ ਸ਼ੌਕ ਨਹੀਂ ਕਰਦਾ, ਲੇਕਿਨ ਜਦੋਂ ਘਰੋਂ ਸ਼ੌਕ ਕਰਨਾ ਤਾਂ ਸੋਹਣਾ ਸ਼ੌਕ ਕਰਨਾ ਚਾਹੀਦਾ। ਉਹ ਕਹਿੰਦੇ ਨਾ ਕਿ ਜੇ ਨੱਚ ਪਏ ਤਾਂ ਫਿਰ ਘੁੰਡ ਕਾਹਦਾ, ਫਿਰ ਨੱਚੋ ਤਾਂ ਫਿਰ ਚੰਗਾ ਸੁਰਖੀ ਬਾਰਡਰ ਲਾ ਕੇ ਨੱਚਣਾ ਚਾਹੀਦਾ। ਅਤੇ ਹੁਣ ਮੈਂ ਦੁਬਾਰਾ ਵੀਡੀਓ ਲੈ ਕੇ ਹਾਜ਼ਰ ਹੋਇਆ ਵਾਂ। ਮਾਸ਼ਾਅੱਲਾ ਜੀ, ਅਸੀਂ ਅੱਜ ਵਿਹਾੜੀ ਸਿਟੀ ਦੇ ਉਸ ਚੱਕ ਦੇ ਵਿੱਚ ਬੈਠੇ ਹਾਂ, 56 WB, ਜਿਹਦੇ ਜਿਸ ਚੱਕ ਦੇ ਵਿੱਚ ਮਾਸ਼ਾਅੱਲਾ ਬਹੁਤ ਹੀ ਅੱਛੇ ਅੱਛੇ ਕਬੱਡੀ ਦੇ ਪਲੇਅਰ ਨਿਕਲੇ ਨੇ, ਕਰਾਟਿਆਂ ਦੇ ਪਲੇਅਰ ਨਿਕਲੇ ਨੇ, ਇਸ ਤੋਂ ਇਲਾਵਾ ਹੋਰ ਵੀ ਮਾਸ਼ਾਅੱਲਾ ਬਹੁਤ ਹੀ ਅੱਛੇ ਅੱਛੇ ਇਸ ਚੱਕ ਦੇ ਵਿੱਚੋਂ ਖਿਡਾਰੀ ਵੀ ਨਿਕਲੇ, ਅਤੇ ਉਸ ਤੋਂ ਇਲਾਵਾ ਕਬੂਤਰਾਂ ਦੀ ਕੁਆਲਿਟੀਆਂ ਵੀ ਬਹੁਤ ਅੱਛੀਆਂ ਨਿਕਲੀਆਂ। ਮਾਸ਼ਾਅੱਲਾ, ਜਿਸ ਦੋਸਤ ਭਰਾ ਦੇ ਅਸੀਂ ਤੁਹਾਨੂੰ ਇੱਕ ਕਬੂਤਰ ਵਿਖਾਉਣ ਜਾ ਰਹੇ ਹਾਂ, ਸਾਡਾ ਬਹੁਤ ਪਿਆਰਾ ਵੀਰ ਹੈ ਭਾਈ ਸੁਹੇਲ ਬੁੱਧ, ਔਰ ਮਾਸ਼ਾਅੱਲਾ ਪਿਛਲੇ ਇਸੇ ਸੀਜ਼ਨ 2023 ਦੇ ਵਿੱਚ ਵਿਹਾੜੀ ਦੇ ਵਿੱਚ ਰਿਕਾਰਡ ਪ੍ਰਵਾਸ ਜਿਹੜੀ ਛੱਤ ਤੋਂ ਹੋਈ, ਭਾਈ ਵਸੀਮ ਉਹਨਾਂ ਦੇ ਦੋ ਉਹਨਾਂ ਦਾ ਕਬੂਤਰ ਅਤੇ ਸਾਡੇ ਵੀਰ ਨੇ, ਸਾਡੇ ਭਰਾ ਨੇ ਭਾਈ ਸ਼ਾਹਦ ਵਾਲਾ ਸਾਹਿਬ, ਉਹਨਾਂ ਦੋਨਾਂ ਘਰਾਂ ਦੇ ਕਬੂਤਰ ਬਰਾਬਰ ਹੋਏ ਸਨ। ਵਸੀਮ ਦੇ ਘਰੋਂ ਜਿਹੜੀ ਕਬੂਤਰੀ ਬਰਾਬਰ ਹੋਈ ਸੀ ਨਾ ਜੀ, ਉਹ ਭਾਈ ਸੁਹੇਲ ਦੇ ਘਰੋਂ ਪਰਿੰਦਾ ਗਿਆ, ਬੱਚਾ ਗਿਆ ਅਤੇ ਉੱਥੇ ਅੱਡੇ ਲੱਗਿਆ, ਔਰ ਇਹਨਾਂ ਦੇ ਉਸਤਾਦ ਨੇ ਉਡਾਇਆ, ਉਸਤਾਦ ਨਾਦਰ ਸੁਨਿਆਰਾ, ਸਾਡੇ ਬੜੇ ਅੱਛੇ ਹੀ ਪਿਆਰੇ ਵੀਰ, ਸਾਡੇ ਪਿਆਰੇ ਵੀਰ ਨੇ, ਉਹਨਾਂ ਦੇ ਸ਼ਾਗਿਰਦ ਵੀ ਨੇ, ਔਰ ਮਾਸ਼ਾਅੱਲਾ ਬਹੁਤ ਹੀ ਅੱਛੀ ਇਹਨਾਂ ਨੇ ਸੈਟਅਪ ਬਣਾਇਆ ਹੋਇਆ ਬਰੀਡਿੰਗ ਦੇ ਹਵਾਲੇ ਨਾਲ, ਦੋਸਤਾਂ ਭਰਾਵਾਂ ਨੂੰ ਬਰੀਡ ਕਰਵਾ ਕੇ ਪਰਿੰਦੇ ਗਿਫਟ ਕਰਦੇ ਨੇ। ਜਿਵੇਂ ਮੈਂ ਸ਼ੌਕ ਨਹੀਂ ਕਰਦਾ ਕਰੋ, ਸੇਮ ਇਹ ਵੀ ਨਹੀਂ ਕਰਦੇ, ਕਿਉਂਕਿ ਜਿਹੜਾ ਗੌਰਮੈਂਟ ਮੁਲਾਜ਼ਮ ਹੁੰਦਾ ਨਾ ਜੀ, ਉਹ ਸ਼ੌਕ ਨਹੀਂ ਕਰ ਸਕਦਾ। ਅਤੇ ਮਾਸ਼ਾਅੱਲਾ, ਇਹਨਾਂ ਨੇ ਸਾਲ 'ਚ ਕਿੰਨੇ ਕੁ ਪਰਿੰਦੇ ਕਢਵਾ ਲੈਂਦੇ ਹੋ ਜੀ ਤੁਸੀਂ? ਤਕਰੀਬਨ ਇਸ ਸਾਲ ਜੀ ਅਲਹਮਦੁਲਿਲਾ ਜੀ 80-85 ਬੱਚਾ ਕਢਾਇਆ ਮਾਸ਼ਾਅੱਲਾ ਜੀ। ਅਤੇ ਉਹ ਦੋਸਤਾਂ ਭਰਾਵਾਂ ਨੂੰ ਤੁਸੀਂ? ਦੋਸਤਾਂ ਭਰਾਵਾਂ ਨੂੰ ਤਕਰੀਬਨ ਸਾਰੇ ਹੀ ਮਾਸ਼ਾਅੱਲਾ ਗਿਫਟ ਕੀਤੇ ਨੇ। ਹਾਂਜੀ, ਹੁਣ 25-30 ਪੈ ਨੇ ਮਾਸ਼ਾਅੱਲਾ, ਉਹ ਵੀ ਭਰਾਵਾਂ ਨੂੰ ਹੀ ਗਿਫਟ ਕਰਨੇ ਨੇ ਸਾਰਿਆਂ ਨੂੰ ਇਨਸ਼ਾਅੱਲਾ, ਕਿਉਂਕਿ ਆਪਣੇ ਪਿੰਡ 'ਚ ਤਾਂ ਸ਼ੌਕ ਹੁੰਦਾ ਨਹੀਂ ਜੀ। ਹਾਂਜੀ, ਅਤੇ ਦੋਸਤ ਅਬਾਬ ਜਿਹੜੇ ਨੇ ਉਹਨਾਂ ਦਾ ਸ਼ੌਕ ਕਰਾਈਦਾ, ਅਤੇ ਅੱਲਾਹ ਪਾਕ ਦੀ ਜ਼ਾਤ ਇੱਜ਼ਤ ਦੇਣ ਵਾਲੀ, ਅਤੇ ਅੱਲਾਹ ਦਾ ਹੁਕਮ ਨਾਲ ਆਪਣਾ ਮਾਸ਼ਾਅੱਲਾ ਅੱਛਾ ਨਾਮ ਬਣ ਜਾਂਦਾ। ਅੱਛਾ ਨਾਮ ਬਣ ਜਾਂਦਾ ਮਾਸ਼ਾਅੱਲਾ। ਇਹ ਹੁਣ ਕੁਝ ਦੋਸਤਾਂ ਦੀ ਵਜ੍ਹਾ ਤੋਂ, ਅੱਛੇ ਦੋਸਤਾਂ ਦੀ ਵਜ੍ਹਾ ਤੋਂ ਮਾਸ਼ਾਅੱਲਾ ਜੀ ਬਹੁਤ ਬਹੁਤ ਹੀ ਅੱਛਾ ਰਿਜ਼ਲਟ ਵੀ ਸਾਹਮਣੇ ਆ ਜਾਂਦਾ, ਜੋ ਸਾਨੂੰ ਦੱਸ ਦਿੰਦੇ ਨੇ ਕਿ ਤੁਹਾਡੇ ਪਿਰੰਦਿਆਂ ਨੇ ਮਾਸ਼ਾਅੱਲਾ ਅੱਛੀ ਪ੍ਰਵਾਜ਼ ਕੀਤੀ, ਅੱਛੇ ਰਿਜ਼ਲਟ। ਮੁਸਲਿਮ ਟਾਊਨ ਵਾਲੀ ਛੱਤ ਤੋਂ ਮਾਸ਼ਾਅੱਲਾ 7 ਵਜੇ ਕਬੂਤਰੀ ਬਰਾਬਰ ਹੋਈ ਸੀ ਨਾ ਜੀ ਮਾਸ਼ਾਅੱਲਾ, ਇਸ ਕਬੂਤਰ ਦੀ ਪੱਠੀ ਸੀ। ਇਹਦਾ ਸ਼ੌਕ ਤੁਹਾਨੂੰ ਕਰਾਉਂਦੇ ਹਾਂ ਜੀ ਅਸੀਂ ਬਾਈ, ਇਹ ਉਹਦੇ ਹੱਥ ਦੇ ਵਿੱਚ ਹੈ, ਆਹ ਪਕੜੇ ਛੋਟੇ ਬਾਈ। ਇਹ ਮੈਂ ਆਪਣੇ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ, ਕੈਮਰਾਮੈਨ ਸਾਡੇ ਭਾਈ ਜ਼ਾਹਦ ਸ਼ਰੀਫ ਨੇ ਅੱਜ, ਕਿਉਂਕਿ ਸਾਡੇ ਕੋਲ ਅੱਜ ਕੈਮਰਾਮੈਨ ਨਹੀਂ ਸੀ ਹੈਗਾ, ਅਤੇ ਮੈਂ ਫਿਰ ਭਾਈ ਜ਼ਾਹਦ ਨੂੰ ਹੀ ਕੈਮਰਾ ਪਕੜਾਤਾ। ਦਿਖਾਓ ਜ਼ਰਾ, ਮੈਂ ਕੈਮਰੇ ਦੇ ਨਾਲ ਉਹਨਾਂ ਦੀ ਫੋਟੋ ਵਿਖਾ ਦਿੰਦਾ ਜੀ, ਕਿਹੜੇ ਨੇ ਭਾਈ ਜ਼ਾਹਦ? ਇਹ ਨੇ ਭਾਈ ਜ਼ਾਹਦ ਸ਼ਰੀਫ ਜੀ, ਮਾਸ਼ਾਅੱਲਾ ਇਹ ਆਪਣੇ ਛੱਤ ਦੇ ਸਪੋਰਟਰ ਨੇ ਜੀ, ਅਤੇ ਇਹ ਭਾਈ ਦੇ ਸੈਟਅਪ ਹੈ ਜਿਹੜਾ ਇਹਨਾਂ ਨੇ ਮਾਸ਼ਾਅੱਲਾ ਆਪਣੇ ਡੇਰੇ 'ਚ ਬਣਾਇਆ। ਵੇਖੋ ਨਾ, ਬੱਕਰੀਆਂ ਵੀ ਅਤੇ ਉਸ ਤੋਂ ਇਲਾਵਾ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ। ਇਹ ਮਾਸ਼ਾਅੱਲਾ ਇੱਕ ਖਤਰਨਾਕ ਇੱਕ ਡੋਗ ਵੀ ਰੱਖਿਆ, ਵੇਖੋ ਉਹ ਵੀ ਵੇਖ ਰਿਹਾ ਇੱਧਰ ਨਾਲ, ਪੁੱਛ ਲਾ ਰਿਹਾ ਕਿ ਮੇਰੀ ਵੀਡੀਓ ਬਣ ਰਹੀ ਹੈ। ਅਤੇ ਇਹ ਇਹਨਾਂ ਦਾ ਕਬੂਤਰਾਂ ਦਾ ਸੈਟਅਪ ਹੈ ਜੀ ਟੋਟਲ ਸਾਰਾ, ਇਹ ਵੇਖੋ ਜੀ ਮਾਸ਼ਾਅੱਲਾ। ਅਤੇ ਅਸੀਂ ਹੁਣ ਤੁਹਾਨੂੰ ਉਸ ਪਰਿੰਦੇ ਦਾ ਸ਼ੋਅ ਕਰਾਉਂਦੇ ਹਾਂ ਜਿਹਨੇ ਰਿਕਾਰਡ ਪ੍ਰਵਾਜ਼ ਕੀਤੀ ਨਾ ਜੀ, ਲਾਸਟ ਪਰਿੰਦਾ ਇਹਨਾਂ ਦਾ ਬੈਠਾ। ਇਹ ਵੇਖੋ ਜੀ, ਕਰਾਓ ਜੀ ਸ਼ੋਅ ਕਰਾਓ। ਸਹੀ ਆ ਰਿਹਾ ਜੀ? ਇਹ ਚੈੱਕ ਕਰੋ ਜੀ, ਇਹ ਪਰਿੰਦੇ ਦਾ ਪਰ ਚੈੱਕ ਕਰੋ ਜੀ, ਇਹ ਬਗਲ ਚੈੱਕ ਕਰੋ, ਇਹ ਪਰ ਚੈੱਕ ਕਰੋ, ਐਂ ਦੀ ਦੋਮ ਜੀ ਇੱਕ ਪੱਤਾ ਮਾਸ਼ਾਅੱਲਾ।
ये सुहेल भाई ने 22 साल इन्हां कबूतरां दी मेहनत कीती है जी। छोटे जे बच्चे सीगे जदों दे इस काम च पए ने, ते उम्मीद करांगा कि तुहानूं परिंदा पसंद आया होएगा। ते बैठो जी ज़ाहद भाई, अगे भी असीं परिंदियां दा शो कराने आ। ते इह किस खुड्डे दा जी कबूतर है? उस खुड्डे दा। हाँ जी, ऐ लो छड्डो जी उहनूं उधर। ते माशाल्लाह भी मतलब कि विहाड़ी दे विच रिकॉर्ड प्रवास दा जिहड़ा परिंदा उड़िया तुहाडा तुहाडे घर दी ओह ब्रीड सी। हाँ जी, उदों 5:30 बजे मेरे ख्याल जे फैसला सी। हाँ जी, ते माशाल्लाह भाई शहद वाले दी छत तों कबूतर ते दो मेरे उस्ताद नादर सुनियारे ने छड्डे सी। हाँ, ओह दोनों माशाल्लाह बराबर होए सी जिना च इक पट्टी तुहाडे घर दी जिहड़ा आपां परिंदा वखाया चिट्टियां काले कबूतर दी पट्टी सी। माशाल्लाह जी। अच्छा जी, ए हुण असीं स्टैप बाय स्टैप तुहानूं शो कराने आ, क्योंकि असीं ज़्यादा तुहानूं कबूतरां दा शो कराणा कि इन्हां ने किन्नी मेहनत कीती है और किस तरीके दे कबूतर बनाए ने। असीं हुण तुहानूं एक नीले कबूतर दी कबूतर दा शो कराउने आ, ते इह नीला कबूतर दी जिहड़ी हिस्टरी है ओह साडे सुहेल भाई खुद दस्सणगे वी इह की हिस्टरी है इहनां दी। आ जाओ जी ज़ाहद भाई, दसो जी। ऐ भाई जान अपने माशाल्लाह दसो, तुसीं दसो, मैं विखाउणा जी। बहुत ही परवाजी माशाल्लाह है अपने कबूतर ने, ते जबरदस्त माशाल्लाह जी। इहनां लगदा फड़िया कोई नहीं, जिहड़ा हत्थ च फड़क रिहा ना जी, इह फड़े कोई नहीं जी। आ वेखो जी, तुहानूं पता है ते फिर आपे की फड़ना इहनां। हां, ਇਹ ਅੱਜ ਜੀ ਇਤਵਾਰ ਦਾ ਦਿਨ ਸੀ, ਇਹਨਾਂ ਦੀ ਵੀ ਛੁੱਟੀ ਦਾ ਦਿਨ ਸੀ ਅਤੇ ਸਾਡੀ ਵੀ ਛੁੱਟੀ ਦਾ ਦਿਨ ਸੀ। ਅੱਜ ਇਹਨਾਂ ਨੇ ਸਾਨੂੰ ਦਾਅਵਾ ਦਿੱਤੀ ਅਸੀਂ ਕਿ ਚਲੋ ਨਾਲ ਇਹਨਾਂ ਦੇ ਕਬੂਤਰਾਂ ਦਾ ਸ਼ੋਅ ਕਰਾਈਏ, ਕਿਉਂਕਿ ਅਸੀਂ ਜਦੋਂ ਆਪ ਸ਼ੋਅ ਕਰਾਂਗੇ ਫਿਰ ਦੋਸਤਾਂ ਭਰਾਵਾਂ ਨੂੰ ਵੀ ਸ਼ੋਅ ਕਰਾਵਾਂਗੇ। ਵੇਖੋ ਮਾਸ਼ਾਅੱਲਾ, ਪਰ ਕਬੂਤਰ ਦਾ ਜਿਹੜਾ ਪਿਓ ਹੈ ਨਾ ਜੀ, ਮਾਸ਼ਾਅੱਲਾ, ਉਹ ਆਪਣੇ ਕੋਲੋਂ ਬਾਈ ਹਸਨ ਪਾਕ ਪਤਨ ਵਾਲੇ ਜਿਹੜੇ ਹਨ ਨਾ ਜੀ। ਹਾਂਜੀ, ਸ਼ੇਖ ਹਸਨ ਰਸ਼ੀਦ ਹੋਰੀ। ਕਿਆ ਬਾਤ ਹੈ ਜੀ, ਉਹਨਾਂ ਦੇ ਖੁੱਡੇ ਦਾ ਜੀ ਪਿਓ ਵੀ ਇਹਦਾ ਨੀਲਾ ਮਾਸ਼ਾਅੱਲਾ। ਹਾਂ, ਤੇ ਜਿਹੜੀ ਕਬੂਤਰੀ ਉਹ ਆਪਣੇ ਘਰ ਦੇ ਕਬੂਤਰਾਂ ਦੀ ਹੈ, ਉਹਦਾ ਪਿਓ ਇੱਥੇ ਫਿਰਦਾ ਵਹਾਵਾਂਗੇ ਆਪਾਂ। ਚੰਗਾ ਮਾਸ਼ਾਅੱਲਾ ਇਹਨਾਂ ਦਾ ਕਰਾਸ ਕਰਾਸ। ਇਹ ਵੇਖੋ ਜੀ, ਬਗਲ 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 ਵੀ ਵੇਖਿਆ ਕਰੋ ਕਿ ਜਦੋਂ ਪਰਿੰਦੇ ਦਾ ਅਸੀਂ ਇੱਦਾਂ ਖੋਲਦੇ ਹਾਂ ਨਾ ਜੀ, ਆ ਪਰਿੰਦਾ ਬਿਲਕੁਲ ਸਿੱਧਾ ਇਹ, ਇਹ ਵੇਖੋ ਬਿਲਕੁਲ ਸਿੱਧਾ। ਜਦੋਂ ਅਸੀਂ ਇਹਨੂੰ ਖੋਲਣਾ ਅਤੇ ਪਰਿੰਦੇ ਦਾ ਪਰ ਵੀ ਵੇਖਣਾ, ਉਸ ਤੋਂ ਬਾਅਦ ਉਹਦੀ ਬਗਲ ਵੀ ਵੇਖਣੀ ਕਿ ਬਗਲ ਕਿੱਥੇ। ਇਹ ਟਿਪ ਹੈ ਜੀ, ਬਗਲ ਕਮਰ ਦੇ ਉੱਤੇ ਚੜੀ ਹੋਵੇ, ਠੀਕ ਹੈ ਜੀ। ਮੇਰੇ ਖਿਆਲ 'ਚ ਤੁਹਾਨੂੰ ਇਹਦਾ ਪਰ ਕੁੰਦਾ ਅੱਛਾ ਲੱਗਿਆ ਹੈਗਾ। ਵੇਖੋ, ਮੈਂ ਕੁੰਦਾ ਹਮੇਸ਼ਾ ਪੂਰਾ ਖੋਲਦਾ ਜੀ, ਮੈਂ ਕਦੀ ਘੱਟ ਕੁੰਦਾ, ਇੰਨਾ ਕੁ ਕੁੰਦਾ ਨਹੀਂ ਖੋਲਦਾ, ਪੂਰਾ ਖੋਲਦਾ ਤਾਂ ਕਿ ਪਤਾ ਚੱਲੇ ਪਰਿੰਦੇ ਦਾ। ਇਹ ਦੁੰਮ ਦਾ ਸ਼ੋਅ ਕਰੋ ਇੱਕ ਮਿੰਟ ਜੀ, ਇਹ ਦੁੰਮ ਦਾ ਸ਼ੋਅ ਕਰੋ ਜੀ। ਇਹ ਥੋੜ੍ਹਾ ਤੰਗ ਹੋ ਰਿਹਾ, ਤੁਹਾਨੂੰ ਅਗਲੇ ਪਰਿੰਦੇ ਦਾ ਸ਼ੋਅ ਕਰਾਉਂਦੇ ਹਾਂ ਜੀ। ਇਹ ਮਾਸ਼ਾਅੱਲਾ ਨੀਲਾ ਬੜਾ ਖੂਬਸੂਰਤ ਕਬੂਤ ਪੱਠਾ ਜੀ, ਮਾਸ਼ਾਅੱਲਾ ਇਹਨਾਂ ਦਾ। ਅਤੇ ਕੈਸੀ ਪਰਵਾਜ਼ਾਂ ਦਿੱਤੀਆਂ ਨੇ ਸੁਹੇਲ ਭਾਈ ਇਹਨਾਂ ਨੇ? ਮਾਸ਼ਾਅੱਲਾ ਜੀ, ਇਹਦਾ ਬਹੁਤ ਹੀ ਅੱਛਾ ਰਿਜ਼ਲਟ ਹੈ। ਹਾਂਜੀ, ਅਲਹਮਦੁਲਿਲਾ। 3 ਕਿਲੋਮੀਟਰ 'ਤੇ ਜਾ ਕੇ ਪੱਲੀ ਸਾਫ਼ ਕਬੂਤਰ ਵੀ ਬਣਦੇ ਹੋ ਨਾ ਜੀ, ਅੱਲਾ ਦਾ ਹੁਕਮ ਨਾਲ ਉੱਥੇ ਬਹਿਗਾ ਜਿੱਥੇ ਉੱਡੇਗਾ, ਵਾਪਸੀ ਘਰ ਨਹੀਂ ਆਉਂਦਾ। ਮਤਲਬ ਕਿ ਇਹ ਇੰਨੇ ਕੁ ਸਿਆਣੇ ਨੇ ਕਿ ਓਹਲੇ ਦੀ ਪਛਾਣ ਰੱਖਦੇ ਨੇ, ਮੁੜ ਦੀ ਪਛਾਣ ਰੱਖਦੇ ਨੇ, ਪਛਾਣ ਬਸ। ਕਿਆ ਬਾਤ, ਇਨਸ਼ਾਅੱਲਾ ਤਾਲਾ ਛੱਡੋਗੇ ਉੱਥੇ ਬੈਠਣ। ਲਓ ਜੀ, ਹੁਣ ਤੁਹਾਨੂੰ ਇੱਕ ਅਸੀਂ ਕਾਲਾ ਚੀਨਾ ਨਰ ਵਿਖਾਉਂਦੇ ਹਾਂ ਜੀ। ਇਹ ਕਾਲਾ ਚੀਨਾ ਮਾਸ਼ਾਅੱਲਾ, ਜੋ ਸਿਰਾ ਖੱਟੀਆਂ ਅੱਖਾਂ ਦਾ ਨਰ ਜੀ। ਇਹ ਵੇਖੋ ਜੀ, ਇਹਦੀ ਕੀ ਹਿਸਟਰੀ ਹੈ ਸੁਹੇਲ ਬਾਈ? ਮੈਂ ਕਹਿੰਦੀ ਵੀ ਜਿਹੜਾ ਬਾਈ ਸ਼ੇਖ ਹਸਨ ਰਸ਼ੀਦ ਜਿਹੜੇ ਨਾ ਪਾਕ ਪਤਨ ਵਾਲੇ ਜੀ, ਉਹਨਾਂ ਦੀ ਹੋਮ ਬਰੀਡ 'ਚ ਮਾਸ਼ਾਅੱਲਾ ਜੀ ਆਪਣੇ ਕੋਲ ਪੱਠਾ ਜੀ, ਉਹਨਾਂ ਆਪਾਂ ਨੂੰ ਕਬੂਤਰ ਗਿਫਟ ਕੀਤੇ ਸੀ। ਅੱਛਾ ਅੱਛਾ ਅੱਛਾ, ਅਤੇ ਮਾਸ਼ਾਅੱਲਾ ਉਹਨਾਂ 'ਚੋਂ ਅੱਗੋਂ ਆਪਾਂ ਸਾਰੀ ਬਰੀਡ ਬਣਾਈ ਮਾਸ਼ਾਅੱਲਾ, ਨੀਲੇ ਵੀ ਅਤੇ ਕਾਲੇ ਚੀਨੇ ਵੀ। ਮਤਲਬ ਕਿ ਚੰਗੇ ਦੋਸਤ ਹੀ ਚੰਗੇ ਦੋਸਤਾਂ ਦਾ ਖਿਆਲ ਕਰਦੇ ਨੇ ਮਾਸ਼ਾਅੱਲਾ, ਉਹਨਾਂ ਨੇ ਉਹਨਾਂ ਦਾ ਬਹੁਤ ਅਹਿਸਾਨ ਹੈ ਸਾਡੇ ਉੱਤੇ। ਉਹਨਾਂ ਬਗਲ ਵੇਖੋ, ਇਹਦੀ ਬਗਲ ਵੀ ਉੱਤੇ ਚੜੀ, ਬਹੁਤ ਸਾਡੇ ਮਾਸ਼ਾਅੱਲਾ ਪਰਵਾਜ਼ੀ ਪਰਿੰਦੇ ਬਣਵਾਏ ਨੇ, ਬਹੁਤ ਹੀ ਸਿਆਣੇ ਅਤੇ ਬਹੁਤ ਹੀ ਅਕਲਮਾਨ ਮਾਸ਼ਾਅੱਲਾ ਜੀ। ਇਹਨਾਂ ਦੋਸਤਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਸਾਡੇ ਨਾਲ ਤਾਵਨ ਕੀਤਾ ਜੀ ਅਤੇ ਸਾਡਾ ਸ਼ੌਂਕ ਬਣਵਾਇਆ। ਸਹੀ ਜੀ, ਸਹੀ। ਇਹ ਪੰਜੇ ਵਿੱਚ ਆਖੋ ਜ਼ਿੰਦਗੀ ਕਰੇ ਜੀ। ਇਹ ਪੰਜੇ, ਅੱਜ ਅਸੀਂ ਇੱਕ ਨਯਾਬ ਪਰਿੰਦਿਆਂ ਦਾ ਤੁਹਾਨੂੰ ਸ਼ੋਅ ਕਰਾਵਾਂਗੇ ਇਨਸ਼ਾਅੱਲਾ ਤਾਲਾ। ਤੁਸੀਂ ਕਮੈਂਟ 'ਚ ਕਹੋਗੇ ਕਿ ਪਰਿੰਦੇ ਬਹੁਤ ਨਯਾਬ ਨੇ, ਇਹ ਸਾਡੇ ਸੁਹੇਲ ਭਾਈ ਨੇ, ਇਹਨਾਂ ਨੇ ਮਿਹਨਤ ਕਰਕੇ ਪਰਿੰਦੇ ਬਣਾਏ ਨੇ ਯਾਰ। ਇੱਕ ਲਾਲ ਚੀਨਾ, ਗੂੜਾ ਲਾਲ ਚੀਨਾ ਵੀ ਫਿਰਦਾ ਲਾਖਾ ਜਿਹਾ, ਇਹ ਵੀ ਦਿਖਾਇਆ ਜੀ ਜ਼ਰਾ। ਇਹ ਲਾਲ ਚੀਨਾ ਲਾਖਾ ਜਿਹਾ ਇੱਕ ਫਿਰਦਾ ਵਿੱਚ, ਇਹ ਦਿਖਾਉਣਾ ਗਹਿਰਾ। ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਵੀਰ ਨੇ ਉਹ ਲਾਲ ਚੀਨਿਆਂ ਨੂੰ ਪਸੰਦ ਕਰਦੇ ਨੇ, ਲੇਕਿਨ ਸਾਡੇ ਵਾਲੀ ਸਾਈਡ ਦੇ ਜਿਹੜੇ ਲਾਲ ਚੀਨੇ ਨੇ, ਤੁਹਾਨੂੰ ਅੱਜ ਉਹਨਾਂ ਦਾ ਸ਼ੋਅ ਕਰਾਉਂਦੇ ਹਾਂ। ਅਤੇ ਇਹਦੀ ਕੀ ਤਾਰੀਫ ਹੈ ਜੀ ਸੁਹੇਲ ਬਾਈ ਇਸ ਪਰਿੰਦੇ? ਇਹ ਪਰਿੰਦਾ ਮਾਸ਼ਾਅੱਲਾ ਜੀ ਆਪਣਾ ਜਿਹੜਾ ਉਸਤਾਦ ਨਾਦਰ ਸੁਨਿਆਰਾ ਨਾ ਵਿਹਾੜੀ ਵਾਲਾ ਜੀ, ਹਾਂਜੀ, ਉਹਦਾ ਜਿਹੜਾ ਸ਼ਗਿਰਦ ਅਬਦੁਲ ਸਤਾਰ ਪਿੱਪਲ ਕਲੋਨੀ, ਪਿੱਪਲ ਕਲੋਨੀ ਵਾਲਾ, ਉਹਦੇ
ਘਰ ਦੀ ਹੋਮ ਬਰੀਡ ਹੈ ਮਾਸ਼ਾਅੱਲਾ ਤੇ ਬਹੁਤ ਅੱਛੀ ਤੇ ਪਰਵਾਜ਼ ਹੈ ਉਹਨਾਂ ਨੇ ਗਿਫਟ ਆਪਾਂ ਨੂੰ ਕੀਤਾ ਸੀ ਅੱਛਾ ਜੀ ਆਪਾਂ ਉਹਨਾਂ ਦੇ ਪਿੰਡਾਂ ਦਾ ਸ਼ੌਕ ਕਰਨ ਗਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਤਰਫੋਂ ਗਿਫਟ ਲੈ ਕੇ ਜਾਓ ਇਹ ਉਹਨਾਂ ਨੇ ਸਾਨੂੰ ਗਿਫਟ ਕੀਤਾ ਮਾਸ਼ਾਅੱਲਾ ਅੱਛਾ ਇਹ ਕਲਰ ਵੇਖਿਆ ਜੀ ਵੀ ਜਿਵੇਂ ਉਹ ਜਿਵੇਂ ਹੁੰਦੇ ਨਾ ਟੈਡੀ ਕਬੂਤਰ ਹਾਂਜੀ ਹਾਂਜੀ ਲੇਕਿਨ ਇਹ ਤੇ ਲਾਲ ਜਿਹਾ ਆਇਆ ਨਾ ਉਹ ਕਾਲੇ ਜਿਹੇ ਹੁੰਦੇ ਨੇ ਇਸੇ ਤਰੀਕੇ ਦਾਗ ਇਸੇ ਤਰੀਕੇ ਦੁੰਮ ਦਾ ਲੇਕਿਨ ਉਹਨਾਂ ਦੀ ਅੱਖਾਂ ਚਿੱਟੀਆਂ ਇਹਨਾਂ ਦੀਆਂ ਖੱਟੀਆਂ ਇਹਦਾ ਜਿਹੜਾ ਪਿਓ ਸੀ ਨਾ ਜੀ ਮਾਸ਼ਾਅੱਲਾ ਉਹਦੀ ਵੀ ਜਿਹੜਾ ਕਲਰ ਇਹ ਸੀ ਅੱਖ ਚਿੱਟੀ ਸੀ ਉਹਦੀ ਅੱਖ ਚਿੱਟੀ ਸੀ ਚਿੱਟੀ ਤੇ ਬਾਕੀ ਜਿਹੜਾ ਕਲਰ ਹੈ ਸੇਮ ਮਾਸ਼ਾਅੱਲਾ ਅੱਛਾ ਜੀ ਜ਼ਬਰਦਸਤ ਉਹਨੇ ਸਾਨੂੰ ਬੜੇ ਆਪਣੇ ਦਿਲੀ ਤੌਰ ਤੇ ਗਿਫਟ ਕੀਤਾ ਜੀ ਮਾਸ਼ਾਅੱਲਾ ਇਹ ਵੇਖੋ ਜੀ ਪਰਿੰਦਾ ਮਾਸ਼ਾਅੱਲਾ ਪਰ ਚੈੱਕ ਕਰੋ ਇਹ ਸਾਡੇ ਜ਼ਾਹਦ ਭਾਈ ਨੇ ਸਪੈਸ਼ਲ ਇਹਨਾਂ ਨੇ ਖੁੱਡੇ ਚ ਕਢਵਾਇਆ ਵੀ ਇਹ ਸ਼ੋਅ ਕਰਾਣਾ ਸੀ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਵੀਰ ਨੇ ਉਹਨਾਂ ਵਾਸਤੇ ਜੀ ਤੇ ਇਹ ਅੱਖ ਦਾ ਸ਼ੋਅ ਕਰੋ ਜੀ ਮਾਸ਼ਾਅੱਲਾ ਇਹ ਹੱਡੀ ਦਾ ਵੀ ਸ਼ੋਅ ਕਰਾਉਂਦੇ ਜੀ ਇਹ ਵੇਖੋ ਇੱਥੋਂ ਸਟਾਰਟ ਹੁੰਦੀ ਹੈ ਅਤੇ ਇੱਥੇ ਜਾ ਕੇ ਖਤਮ ਹੋ ਰਹੀ ਹੈ ਇਹ ਇੱਕ ਉਂਗਲ ਅਤੇ ਇਹ ਜੋੜ ਇੱਕ ਉਂਗਲ ਅਤੇ ਇਹ ਜੋੜ ਜੀ ਇਹ ਦੇ ਪੰਜੇ ਨੇ ਜੀ ਇਹ ਦੁੰਮ ਹੈ ਜੀ ਇਹਦੀ ਇੱਕ ਲਾਲ ਚੀਨਾ ਉਹਦਾ ਤੁਹਾਨੂੰ ਸ਼ੋਅ ਕਰਾ ਦਿੱਤਾ ਬੜੀ ਹੀ ਪਿਆਰੀ ਔਰ ਖੂਬਸੂਰਤ ਅੱਖ ਹੈ ਮਾਸ਼ਾਅੱਲਾ ਜੀ ਉਸ ਖੁੱਡੇ ਦਾ ਮੇਰੇ ਖਿਆਲ 'ਚ ਬੇਟਾ ਇਹ ਸਾਡੇ ਇਹ ਭਾਈ ਦਾ ਵੀ ਦਿਖਾਓ ਜੀ ਵੀਡੀਓ 'ਚ ਇਹ ਸਾਡੇ ਫੈਨ ਨੇ ਸਾਡੇ ਸੁਹੇਲ ਭਾਈ ਦੇ ਅਸੀਂ ਜਦੋਂ ਆਏ ਹਾਂ ਤਾਂ ਉਸ ਟਾਈਮ ਇਹ ਮਾਸ਼ਾਅੱਲਾ ਇੱਧਰ ਆਏ ਨੇ ਕੁਝ ਟ੍ਰੈਂਡਿੰਗ ਪਰਿੰਦੇ ਵੀ ਸੁਹੇਲ ਭਾਈ ਰੱਖੇ ਹੋਏ ਨੇ ਮਾਸ਼ਾਅੱਲਾ ਜਿਨ੍ਹਾਂ ਦੇ ਕਾਲੇ ਪੰਜੇ ਔਰ ਇੱਕ ਬੱਚਾ ਜੀ ਇਹ ਦਿਖਾ ਰਹੇ ਨੇ ਆਓ ਜੀ ਤੁਹਾਨੂੰ ਬੱਚੇ ਦਾ ਵੀ ਸ਼ੋਅ ਕਰਾਉਂਦੇ ਹਾਂ ਚਿੱਟੀਆਂ ਅੱਖਾਂ ਦਾ ਬੱਚਾ ਜੀ ਇਹ ਵੇਖੋ ਜੀ ਚਿੱਟੀਆਂ ਅੱਖਾਂ ਦਾ ਐਂ ਦਾ ਪਾਰਕ ਹੁੰਦਾ ਜੀ ਇਹਦੀ ਮਾਂ ਜੀ ਕਾਲੀ ਚੀਨੀ ਹੈ ਅਤੇ ਉਹ ਵੀ ਕਾਲਾ ਚੀਨਾ ਮਾਸ਼ਾਅੱਲਾ ਬੱਚਾ ਵੇਖੋ ਬਹੁਤ ਹੀ ਖੂਬਸੂਰਤ ਬੱਚਾ ਜੀ ਬਹੁਤ ਖੂਬਸੂਰਤ ਬੱਚਾ ਬਣਿਆ ਜੀ ਜਿੰਨਾ ਕਹਿ ਲਓ ਉਨਾ ਹੀ ਖੂਬਸੂਰਤ ਵੇਖੋ ਖਾਂਦਾ ਜੀ ਤੇ ਬੱਚਾ ਵੇਖ ਲਓ ਮਾਸ਼ਾਅੱਲਾ ਚਿੱਟੀਆਂ ਅੱਖਾਂ ਦਾ ਦੁੰਮ ਵੇਖੋ ਜੀ ਜ਼ੀਰੋ ਕਲੀ ਦਾ ਬੱਚਾ ਜੀ ਇਹ ਅੱਜ ਕੱਲ੍ਹ ਪੰਜੇ ਬੜੇ ਪਸੰਦ ਕੀਤੇ ਜਾਂਦੇ ਨੇ ਸੱਪਾਂ ਵਰਗੇ ਪੰਜੇ ਜੀ ਖਾ ਲਏ ਇਹ ਹੱਡੀ ਹੈ ਜੀ ਇਹ ਹੱਡੀ ਇਹ ਐਡੀ ਵੱਡੀ ਹੱਡੀ ਬੱਚੇ ਦੀ ਇਹ ਜੋੜ ਹੈ ਜੀ ਅਜੇ ਕਲੀ ਕੋਈ ਨਹੀਂ ਸੱਟੀ ਅਜੇ ਕਲੀ ਵੀ ਨਹੀਂ ਸੱਟੀ ਇਹਨੇ ਮਾਸ਼ਾਅੱਲਾ ਜੀ ਕਿਆ ਬਾਤ ਹੈ ਸੁਹੇਲ ਭਾਈ ਬਹੁਤ ਅੱਛੇ ਜੀ ਬਹੁਤ ਅੱਛੇ ਮਿਹਰਬਾਨੀ ਸਰ ਮਿਹਰਬਾਨੀ ਇਹ ਹੁਣ ਇੱਕ ਪਰਿੰਦੇ ਦਾ ਤੁਹਾਨੂੰ ਸ਼ੋਅ ਕਰਾਉਣ ਜਾ ਰਹੇ ਹਾਂ ਮੈਨੂੰ ਬੜਾ ਪਸੰਦ ਆਇਆ ਸੀ ਅਸੀਂ ਕਿਹਾ ਯਾਰ ਵੀਡੀਓ ਦੇ ਵਿੱਚ ਆ ਪਰਿੰਦਾ ਜ਼ਰੂਰ ਵਿਖਾਉਣਾ ਤੁਸੀਂ ਅਤੇ ਸੁਹੇਲ ਭਾਈ ਇਹਦੀ ਕੀ ਤਾਰੀਫ ਹੈ ਇਹ ਬਾਈ ਜਾਨ ਸ਼ਹਿਰ ਫਰੀਦ ਜਿਹੜਾ ਨਾ ਸ਼ਹਿਰ ਫਰੀਦ ਹਾਂਜੀ ਲਖਵੇਰਾ ਹਾਂਜੀ ਗਰੁੱਪ ਮਾਸ਼ਾਅੱਲਾ ਜੀ ਲਖਵੇਰੇ ਕੋਲ ਕਬੂਤਰ ਆਪਣੇ ਕੋਲ ਆਇਆ ਹੈ ਬਾਈ ਅਸਲਮ ਖਾਨ ਲਖਵੇਰੇ ਕੋਲ ਹਾਂਜੀ ਠੀਕ ਜੀ ਅਤੇ ਉਹਨੇ ਆਪਾਂ ਨੂੰ ਇਹ ਗਿਫਟ ਕੀਤਾ ਸੀ ਅਤੇ ਬਰੀਡਰ ਕਬੂਤਰ ਮਾਸ਼ਾਅੱਲਾ ਅਤੇ ਬਹੁਤ ਅੱਛੀ ਬਰੀਡ ਕਰ ਰਿਹਾ ਬਹੁਤ ਹੀ ਅੱਛੀ ਬੜਾ ਹੀ ਨਾਰਮਲ ਵਜੂਦ ਦਾ ਔਰ ਬੜੇ ਹੀ ਅੱਛੇ ਵਜੂਦ ਦਾ ਪਰਿੰਦਾ ਇਹਦੀ ਇੱਕ ਪੱਠੀ ਵੀ ਫਿਰਦੀ ਹੈ ਤੁਹਾਡੇ ਕੋਲੋਂ ਹਾਂਜੀ ਮੈਂ ਚਾਹੁੰਦਾ ਕਿ ਉਹ ਵੀ ਤੁਸੀਂ ਨਾਲ ਵਿਖਾਇਆ ਜੇ ਅੱਛਾ ਹਾਂ ਉਹ ਇਸ ਤੋਂ ਬਾਅਦ ਉਹ ਵਿਖਾਓ ਠੀਕ ਇਹ ਮੁੰਡਿਆਂ ਨੂੰ ਦੱਸਿਆ ਜੇ ਜ਼ਰਾ ਵਿਖਾ ਦਿੰਦੇ ਇਹ ਵੇਖੋ ਜੀ ਇਹ ਚਿੱਟੀਆਂ ਅੱਖਾਂ ਦਾ ਬਹੁਤ ਹੀ ਪਿਆਰੀ ਅੱਖ ਮਾਸ਼ਾਅੱਲਾ ਜਿਹੜਾ ਰਿੰਗ ਹੈ ਉਹ ਚਿੱਟਾ ਸਫੈਦ ਰਿੰਗ ਨੂਰ ਦੇ ਨਾਲ ਤੁਸੀਂ ਚੈੱਕ ਕਰੋ ਫਿਰ ਦਾਣੇ ਵੀ ਚੈੱਕ ਕਰੋ ਬੜੇ ਹੀ ਪਿਆਰੇ ਅਤੇ ਬੜੇ ਖੂਬਸੂਰਤ ਇਹ ਪਾਰਕ ਹੁੰਦਾ ਚੈੱਕ ਕਰੋ ਇਹ ਵੇਖੋ ਇਹ ਪਾਰਕ ਹੁੰਦਾ ਇਹਦਾ ਬੜਾ ਹੀ ਪਿਆਰਾ ਪੱਲਾ ਅੱਲਾ ਨੇ ਇਹਦੇ ਨਾਲ ਲਾਇਆ ਜੀ ਚੈੱਕ ਕਰੋ ਫਿਰ ਇਹ ਦੁੰਮ ਹੈ ਇਹਦੀ ਇੱਕ ਪੱਤਾ ਦੁੰਮ ਅਤੇ ਇਹ ਇਹਦੇ ਪੰਜੇ ਨੇ 22-23 ਸਾਲ ਹੋ ਗਏ ਨੇ ਸ਼ੌਕ ਨੂੰ ਹਾਂ ਸਹੀ ਹੈ ਠੀਕ ਹੈ ਜੀ ਅਤੇ ਆਪਾਂ ਜ਼ਿਆਦਾਤਰ ਫੋਕਸ ਜਿਹੜਾ ਕਬੂਤਰਾਂ 'ਤੇ ਕੀਤਾ ਵੀ ਕਬੂਤਰ ਚੰਗੇ ਬਣਾਈ ਨਹੀਂ ਜੀ ਕਬੂਤਰ ਤੁਸੀਂ ਵਾਕਈ ਚੰਗੇ ਦੇ ਤਾਵਾਂ ਨਾਲ ਅੱਛੇ ਮੈਂ ਸੁਹੇਲ ਭਾਈ ਕਬੂਤਰ ਬਣੇ ਨੇ ਜੀ ਸੁਹੇਲ ਭਾਈ ਇਹ ਗੱਲ ਦੱਸਾਂ ਬਾਕੀ ਕੋਈ ਬੰਦਾ ਆਖੇ ਨਾ ਕਿ ਸਾਡੇ ਚੰਗੇ ਨੇ ਅਲਹਮਦੁਲਿਲਾ ਆਪਾਂ ਨੂੰ ਇਹ ਯਕੀਨ ਹੁੰਦਾ ਕਿ ਆਪਣੇ ਆਪ ਦੇ ਚੰਗੇ ਨੇ ਕਿਆ ਬਾਤ ਹੈ ਇਹੀ ਸੋਚ ਰੱਖਣੀ ਚਾਹੀਦੀ ਹੈ ਜੀ ਅੱਲਾਹ ਦੀ ਜ਼ਾਤ ਦਾ ਲੱਖ ਲੱਖ ਸ਼ੁਕਰ ਹੈ ਕਿ ਆਪਾਂ ਜਿਹੜਾ ਨਾ ਬਹੁਤ ਹੀ ਮਿਹਨਤ ਨਾਲ ਇਹ ਬਣਾਏ ਨੇ ਅਤੇ ਅੱਲਾਹ ਪਾਕ ਸਾਡੇ ਦੋਸਤਾਂ ਨੂੰ ਵੀ ਕਾਇਮ ਦਾਇਮ ਰੱਖੇ ਅਤੇ ਉਹਨਾਂ ਦੀ ਵੀ ਅੱਲਾਹ ਪਾਕ ਜ਼ਿੰਦਗੀ ਕਰੇ ਇਨਸ਼ਾਅੱਲਾ ਤਾਲਾ ਉਹਨਾਂ ਨਾਲ ਮਜ਼ੀਦ ਪਹਿਲੇ ਵੀ ਦੋਸਤਾਂ ਨਾਲ ਤਾਵਨ ਕਰਦੇ ਹਾਂ ਅਤੇ ਹੁਣ ਵੀ ਕਰਦੇ ਰਹਾਂਗੇ ਜੀ ਇਸ ਕਬੂਤਰ ਦੀ ਪੱਠੀ ਜੀ ਇਹ ਪੱਠੀ ਚੈੱਕ ਕਰਾਓ ਜੀ ਇਹ ਪੱਠੀ ਜੀ ਇਹ ਅੱਖ ਦਾ ਸ਼ੌਕ ਤੁਹਾਨੂੰ ਦੁਬਾਰਾ ਮੈਂ ਕਰਾ ਦਿਆਂਗਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਇਹ ਇਸੇ ਕਬੂਤਰ ਦੀ ਪੱਠੀ ਹੈ ਜੀ ਜਿਹੜਾ ਮੇਰੇ ਹੱਥ 'ਚ ਆ ਇਹ ਪੰਜੇ ਮਾਸ਼ਾਅੱਲਾ ਇਹ ਸਭ ਤੋਂ ਪਹਿਲੇ ਜਦੋਂ ਅਸੀਂ ਆਏ ਹਾਂ ਨਾ ਜੀ ਇਹਨਾਂ ਨੂੰ ਕਿਹਾ ਜੀ ਆ ਪੱਠੀ ਵਿਖਾਓ ਸਾਨੂੰ ਲਾਲ ਡੋਰਿਆਂ ਵਾਲੀ ਪੱਠੀ ਬੜੀ ਪਿਆਰੀ ਮਾਸ਼ਾਅੱਲਾ ਇਹ ਚੈੱਕ ਕਰੋ ਅੱਖ ਚੈੱਕ ਕਰੋ ਪੱਠੀ ਦੀ ਇਹ ਇਹ ਵੇਖੋ ਇਸ ਕਬੂਤਰੀ ਦੀ ਬਹਿਣ ਆਪਾਂ ਇਸ ਦਫ਼ਾ
ਪੰਜਵੇਂ ਮਹੀਨੇ ਦੀ 21 ਤਰੀਕ ਨੂੰ ਗੜੇ ਮੋੜ ਛੱਡੀ ਜੀ 110 ਚੱਕੇ 'ਚ ਇਸੇ ਦੀ ਭੈਣ। ਅੱਛਾ ਇਹ ਇਹ ਕਬੂਤਰੀ ਮੈਨੂੰ ਲੱਗਦਾ ਵਿਹੜੀ ਆਲਟੋ ਕਾਰ 'ਚ ਉੱਡੀ ਹੈ। ਹਾਂਜੀ ਇਹ ਕਬੂਤਰੀ ਰਾਣੇ ਵਲੀ ਵਾਲੀ ਛਾਤੂ ਜਿਹੜਾ ਨਾ ਉੱਡੀ ਸੀ ਅੱਛਾ ਜੀ ਪੁਆਇੰਟ, ਲੇਕਿਨ ਕਬੂਤਰੀ ਇਹ ਘਟ ਗਈ ਆਈ। ਹਾਂ ਲੇਕਿਨ ਇਹ ਕਾਰ ਵਾਲੇ ਪੁਆਇੰਟ 'ਚ ਪੰਜਵੇਂ ਮਹੀਨੇ ਦੀ 21 ਤਰੀਕ ਨੂੰ। ਯਾਰ ਸੁਹੇਲ ਬਾਈ ਬੜੀ ਸੋਹਣੀ ਗੱਲ ਕੀਤੀ ਕਿ ਯਾਰ ਘਟ ਗਈ ਸੀ, ਘਟ ਗਈ ਸੀ ਤੇ ਸਿੱਧਾ ਦੱਸਿਆ ਕਿ ਘਟ ਗਈ ਸੀ, ਹਰ ਗਈ ਸੀ ਪੁਆਇੰਟ 'ਚ। ਮਾਸ਼ਾਅੱਲਾ ਉੱਡੀ ਹੈ ਜੀ ਪੰਜਵੇਂ ਮਹੀਨੇ ਦੀ 21 ਤਰੀਕ ਨੂੰ। ਇਸੇ ਦੀ ਬਹਿਣ ਉਸ ਦਿਨ ਮੈਂ ਗੜੇ ਮੋੜ 110 ਚੱਕ ਕੇ ਛੱਡੀ ਹੋਈ ਹੈ। ਸਹੀ ਤੇ ਉੱਥੇ 14 ਕਬੂਤਰਾਂ ਨੇ ਚੱਕਰ ਮਾਰਿਆ ਤੇ ਗਰੰਟੀ ਨਾਲ ਮੈਂ ਆਖਿਆ ਕਿ ਕੋਈ ਕਬੂਤਰ ਆਵੇ ਨਾ ਆਵੇ ਮੇਰੀ ਕਬੂਤਰੀ ਵਾਪਸੀ ਆਏਗੀ। 3:18 ਤੇ ਮੇਰੀ ਕਬੂਤਰੀ ਆਈ ਹੈ, 3:36 ਤੇ ਮੇਰੀ ਕਬੂਤਰੀ ਜਿੱਤੀ ਹੈ ਤੇ 5:45 ਕਬੂਤਰੀ ਅਸੀਂ ਭੜਕਾ ਕੇ ਲਾਈ ਘਰ, ਭੜਕਾ ਕੇ ਬਿਠਾਈ। ਹਾਂਜੀ 13 ਟੈਂਪਰੇਚਰ ਕੀ ਸੀ ਸੁਹੇਲ ਬਾਈ? 43 ਟੈਂਪਰੇਚਰ ਸੀ। 43 ਟੈਂਪਰੇਚਰ, ਕੀ ਬਾਤ ਹੈ। 13 ਦਿਨ ਕਬੂਤਰੀ ਨੇ ਬਿਦਾਮ ਖਾ। ਅੱਛਾ ਆਪਣੀ ਜਿਹੜੀ ਇਹ ਪੱਟੀ ਹੈ ਨਾ ਜੀ ਮੁਲਤਾਨ ਵਾਲੀ ਵਿਹੜੀ ਵਾਲੀ, ਇਹ ਗਰਮ ਆ? ਬਿਲਕੁਲ ਬਿਲਕੁਲ, ਇਹ ਗਰਮ ਆ ਦੂਸਰੇ ਸ਼ਹਿਰਾਂ ਦੀ ਨਿਸਬਤ ਜਾਂ ਡਿਸਟ੍ਰਿਕਾਂ ਦੀ ਨਿਸਬਤ। 13 ਦਿਨ ਕਬੂਤਰੀ ਨੇ ਬਿਦਾਮ ਖਾਦੇ ਹੋਏ ਜੀ ਤੇ 13 ਦਿਨਾਂ ਤੋਂ ਬਾਅਦ ਕਬੂਤਰੀ ਮਾਸ਼ਾਅੱਲਾ ਤੇ 14 ਕਬੂਤਰਾਂ ਸਿਰਫ ਕੱਲੀ ਆਪਣੀ ਕਬੂਤਰੀ ਆਈ। ਕੀ ਬਾਤ ਹੈ, ਆਪਾਂ ਗਾਰੰਟੀ ਨਾਲ ਆਖਿਆ ਕਿਸੇ ਦਾਵੇ ਨਾਵੇ ਆਪਣਾ ਆਏਗਾ, ਆਪਣੇ ਪਰਿੰਦਿਆਂ ਦੇ ਮਾਣ ਵੀ ਹੋਣਾ ਚਾਹੀਦਾ ਸੁਹੇਲ ਬਾਈ। ਸ਼ੁਕਰ ਹੈ ਆਪਣੀ ਕਬੂਤਰੀ ਆਈ ਸੀ। ਅੱਛਾ ਜੀ ਦੋਸਤੋ, ਇਹ ਇੱਕ ਪਰਿੰਦੇ ਦਾ ਤੁਹਾਨੂੰ ਸ਼ੋਅ ਕਰਾਉਣ ਜਾ ਰਹੇ ਹਾਂ। ਮੈਨੂੰ ਤੇ ਜ਼ਾਹਦ ਭਾਈ ਨੂੰ ਇਹ ਪਰਿੰਦਾ ਬੜਾ ਪਸੰਦ ਆਇਆ ਵਾ ਤੇ ਉਮੀਦ ਕਰਾਂਗਾ ਕਿ ਤੁਹਾਨੂੰ ਵੀ ਇਹ ਪਰਿੰਦਾ ਬਹੁਤ ਪਸੰਦ ਆਏਗਾ। ਅੱਲਾ ਇਹਨਾਂ ਦੀ ਇਸ ਪਰਿੰਦੇ ਦੀ ਵੀ ਯਾਤੀ ਰੱਖੇ ਅਤੇ ਉਹਦੇ ਮਾਲਕ ਦੀ ਵੀ ਯਾਤੀ ਰੱਖੇ, ਔਰ ਮਾਸ਼ਾਅੱਲਾ ਨਸਲ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਕੋਲ ਵਧੇ। ਅਤੇ ਅਸੀਂ ਸੁਹੇਲ ਬਾਈ ਨੂੰ ਆਖਿਆ ਵਾ ਕਿ ਯਾਰ ਇਹਨਾਂ ਪਰਿੰਦਿਆਂ 'ਚ ਸਾਨੂੰ ਵੀ ਕੋਈ ਪਰਿੰਦਾ ਗਿਫਟ ਕਰਨਾ। ਹਾਲਾਂਕਿ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ, ਮੈਂ ਕਦੀ ਲਾਈਵ ਨਹੀਂ ਆਖਿਆ। ਤੁਸੀਂ ਵੀ ਵੀਡੀਓ ਵੇਖੀਆਂ ਨੇ ਸੁਹੇਲ ਬਾਈ, ਮੈਂ ਕਦੀ ਕਿਸੇ ਨਹੀਂ ਆਖਿਆ, ਲੇਕਿਨ ਇਹ ਪਰਿੰਦਾ ਮੈਨੂੰ ਇੰਨਾ ਕੁ ਪਸੰਦ ਆਇਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਇਹਦਾ ਪੱਠਾ ਜਾਂ ਪੱਠੀ ਸਾਨੂੰ ਤੁਸੀਂ ਜ਼ਰੂਰ ਗਿਫਟ ਕਰਨਾ। ਇਹ ਵੇਖੋ ਦੂਸਰੀ ਸਾਈਡ ਤੋਂ ਬਹੁਤ ਹੀ ਪਿਆਰੀ ਅੱਖ ਅੱਲਾ ਨੇ ਇਹਨੂੰ ਲਾਈ ਹੈ। ਜਿਵੇਂ ਦਾ ਇਹਦਾ ਆਪਣਾ ਕਲਰ ਹੈ, ਉਸੇ ਤਰ੍ਹਾਂ ਦੀ ਕਲਰ ਦੀ ਅੱਖ ਹੈ, ਚੁੰਝ ਕਲਰ ਪਲਕ ਸੇਮ ਟੂ ਸੇਮ ਜੀ। ਔਰ ਚਮਕ ਚੈੱਕ ਕਰੋ ਅੱਖ ਦੀ ਕਿੱਡੀ ਪਿਆਰੀ ਹੈ। ਫਿਰ ਤੁਸੀਂ ਪੱਲਾ ਵੇਖੋਗੇ, ਤੁਸੀਂ ਸੁਭਾਨ ਅੱਲਾ ਪੜੋਗੇ ਮਾਸ਼ਾਅੱਲਾ। ਇਹ ਵੇਖੋ ਕਿੱਡਾ ਸੋਹਣਾ ਅੱਲਾ ਨੇ ਇਹਦੇ ਤੇ ਇਹਦਾ ਪੱਲਾ ਲਾਇਆ। ਅਤੇ ਸੁਹੇਲ ਬਾਈ ਇਹ ਕਿੱਥੋਂ ਆਇਆ? ਇਹ ਕਬੂਤਰ ਬਾਈ ਜਾਨ ਆਪਾਂ ਨੂੰ ਅੱਲਾ ਨੇ ਦਿੱਤਾ। ਅੱਲਾ ਨੇ ਦਿੱਤਾ ਜੀ, ਕੀ ਬਾਤ ਹੈ। ਆਪਾਂ ਐਵੇਂ ਕਿ ਆਖੀ ਫਲਾਣੇ ਘਰ ਦੀ ਬਰੀਡ ਹੈ ਜਾਂ ਆਪਣੇ ਆਪਦੇ ਘਰ ਦੀ ਬਰੀਡ, ਅੱਲਾ ਨੇ ਦਿੱਤਾ ਆਪਾਂ ਨੂੰ ਇਹ ਕਬੂਤਰ। 8 ਸਾਲ ਪਹਿਲੇ ਅਸੀਂ ਨਾ ਮੇਰੇ ਜਿਹੜਾ ਨਾ ਛੋਟੇ ਬਾਈ ਨੇ ਫੜਿਆ ਸੀ, ਫੜਿਆ ਸੀ, ਕੀ ਬਾਤ ਹੈ ਜੀ। 8 ਸਾਲ ਪਹਿਲੇ ਫੜਿਆ ਸੀ, ਇਹਨੂੰ ਲਕਵਾ ਜੋਲਾ ਹੋ ਗਿਆ ਸੀ, ਇਹਦੇ ਇਲਾਜ ਕੀਤਾ ਸੀ, ਅੱਲਾ ਦਾ ਸ਼ੁਕਰ ਹੈ ਕਬੂਤਰ ਨੇ ਜਿਹੜਾ ਉਸ ਤੋਂ ਬਾਅਦ 8 ਸਾਲਾਂ ਤੋਂ ਆਪਣੇ ਕੋਲ। ਬਗਲ ਚੈੱਕ ਕਰੋ ਜੀ, ਪੂਰੇ ਪੂਰੇ ਚੱਪੇ ਦੀ ਬਗਲ ਆ, ਦੇਖੋ ਜੀ ਕਿੱਡੀ ਵੱਡੀ ਬਗਲ ਅੱਲਾ ਨੇ ਲਾਈ, ਵੇਖੋ ਕਿੱਡੀ ਵੱਡੀ ਬਗਲ ਮਾਸ਼ਾਅੱਲਾ। ਔਰ ਮੈਂ ਕਹਿੰਦਾ ਜੀ ਇਹ ਗਰਮੀ ਦੇ ਵਿੱਚ ਨਯਾਬ ਉੱਡਦੇ ਨੇ ਯਾਰ। ਇਹਦਾ ਪੱਠਾ ਮੇਰੇ ਕੋਲ ਮਾਸ਼ਾਅੱਲਾ 43-43 ਗਰਮੀ ਤੇ ਬੱਚਾ ਦੋਵੇਂ ਚੈੱਕ ਕਰੋ, ਰਾਤ ਰਹਿ ਜਾਂਦਾ ਮਾਸ਼ਾਅੱਲਾ। ਅੱਛਾ 43 ਟੈਂਪਰੇਚਰ 'ਚ ਰਾਤ ਰਹਿ ਜਾਂਦੇ ਸੀ? ਦੋ ਦੜੇ ਛੱਡੇ, ਦੋਨੋਂ 'ਚ ਰਾਤ ਰਹਿ ਗਈ, ਤੀਸਰੇ ਦੜੇ ਛੱਡਣਾ ਸੀ ਗੇੜਿਆਂ ਵਾਲੀ ਬਾਰੀ 'ਚ ਵੀ। ਇਹ ਪੰਜੇ ਚੈੱਕ ਕਰੋ ਜੀ, ਖੁਸ਼ਕ ਪੰਜੇ ਜਿਹਨੂੰ ਜਾਮਣੀ ਪੰਜੇ ਕਹਿੰਦੇ ਸੀ, ਪਤਾ ਨਹੀਂ ਇਹ ਕਿਹੜੇ ਕਰਦਾ, ਲੇਕਿਨ ਬਹੁਤ ਅੱਛਾ ਜਿੰਦਾ ਵੀ ਹੈ। ਆਪਾਂ ਤਾਂ ਅੱਲਾ ਦਿੱਤਾ ਜੀ, ਅੱਲਾ ਦਿੱਤਾ ਜੀ। ਅੱਛਾ ਜੀ ਅੱਜ ਤੁਸੀਂ ਇੱਕ ਚੀਜ਼ ਸਾਬਤ ਕਰਤੀ, ਤਲਕ ਔਰ ਪਕੜਨ। ਬਿਲਕੁਲ, ਇਸ ਦੇ ਨਾਲ ਤੁਸੀਂ ਪਰਿੰਦੇ ਬਣਾ ਲਏ। ਬਿਲਕੁਲ ਬਿਲਕੁਲ, ਕਿ ਦੋਸਤ ਹੈ ਬਾਪ ਕੁਝ ਇਹ ਸੋਚਦੇ ਨੇ ਕਿ ਯਾਰ ਮੁੱਲ ਖਰੀਦਣ ਵਾਲੇ ਪਰਿੰਦੇ ਬਣਦੇ ਨੇ। ਗੱਲ ਦੱਸੋ ਨਾ, 22-23 ਸਾਲ ਹੋ ਗਏ। ਹਾਂਜੀ, ਜਦੋਂ ਕੋਈ ਪਰਿੰਦਾ ਆਉਂਦਾ ਬੰਦੇ ਨੂੰ ਤਜਰਬਾ ਤਾਂ ਹੋ ਜਾਂਦਾ ਵੀ ਰੱਖਣ ਦਾ ਹੈ ਕਿ ਨਹੀਂ। ਸਹੀ ਹੈ, ਠੀਕ ਹੈ ਜੀ। ਤੇ ਛੋਟੇ ਬਾਈ ਨੇ ਉਹ ਬੜਕੀ ਲਾ ਕੇ ਤੇ ਲਾ ਲਿਆ, ਮੈਨੂੰ ਕਿਹਾ ਨੂੰ ਬੰਦਾ ਆਉਂਦਾ, ਚਲੋ ਆਪਣੇ ਕੋਲ ਆ ਗਿਆ ਤੇ ਨਹੀਂ ਸਮਝ ਗਿਫਟ ਹੀ ਹੈ। ਤੇ ਮਾਸ਼ਾਅੱਲਾ ਅੱਗੋਂ ਬਰੀਡ ਵੀ ਅੱਛੀ ਕਾਰ। ਅੱਛਾ ਇਹਦੀ ਤੁਸੀਂ ਇੱਕ ਸਾਨੂੰ ਪੱਟੀ ਪੱਠਾ ਵਿਖਾਇਆ? ਹਾਂਜੀ, ਉਹ ਫਿਰਦਾ ਆਪਣੇ ਕੋਲ? ਬਿਲਕੁਲ ਬਿਲਕੁਲ ਜੀ। ਬੇਟਾ ਦਿਖਾਈ ਜ਼ਰਾ, ਇਹਨੂੰ ਛੱਡ ਦੇ ਉੱਥੇ ਜ਼ਰਾ, ਤਰੀਕੇ ਨਾਲ ਸੰਭਲ ਕੇ ਜ਼ਰਾ। ਮੈਂ ਆਪ ਤੁਹਾਨੂੰ, ਇਹ ਆਪ ਜਾਣਗੇ ਜੀ ਇਹ ਜ਼ਰਾ। ਲਓ ਜੀ ਸੁਹੇਲ ਬਾਈ, ਤੁਸੀਂ ਇਹਨਾਂ ਦੇ ਪੱਠੀ ਦਾ ਪੱਠਾ ਦੋਨੋਂ ਨਾ ਜੀ ਪਕੜ ਕੇ ਲਿਆਓ ਤੇ ਫਿਰ ਆਪਾਂ ਵੀਡੀਓ ਦਾ ਅਖਤਤਾਮ ਕਰਦੇ ਹਾਂ ਜੀ। ਮਾਸ਼ਾਅੱਲਾ ਜੀ ਇਹ ਸਾਡੇ ਬੜੇ ਹੀ ਪਿਆਰੇ ਦੋਸਤ ਨੇ ਤੇ ਇਹਨਾਂ ਨੇ ਸਾਨੂੰ ਇੱਜ਼ਤ ਦਾ ਇੱਜ਼ਤ ਅਫਜ਼ਾਈ ਕੀਤੀ, ਸਾਡੀ ਖਿਦਮਤ ਕੀਤੀ, ਸਾਨੂੰ ਇੱਥੇ ਬੁਲਾਇਆ 56 WB ਦੇ ਵਿੱਚ। ਔਰ ਮਾਸ਼ਾਅੱਲਾ ਇਹਨਾਂ ਨੇ ਪਰਿੰਦੇ ਵਿਖਾਏ ਆਪਣੇ ਤੇ ਨਾਲ ਦੱਸਿਆ, ਨਹਾਇਤ ਨਫੀਸ ਇਨਸਾਨ ਔਰ ਬੜਾ ਹੀ ਪਿਆਰਾ ਇਨਸਾਨ ਤੇ ਬੜਾ ਹੀ ਪਿਆਰ ਕਰਨ ਵਾਲਾ ਸਾਡਾ ਵੀਰ ਹੈ। ਔਰ ਮਾਸ਼ਾਅੱਲਾ ਮੇਰਾ ਇਹਨਾਂ ਦੇ ਨਾਲ ਤਕਰੀਬਨ 3-4 ਸਾਲ ਦਾ ਤਾਲਕ ਹੈ, ਇਹਨਾਂ ਦੇ ਨਾਲ ਮੇਰਾ ਉੱਠਣ ਬੈਠਣ ਹੈ। ਔਰ ਮਾਸ਼ਾਅੱਲਾ ਇਹ ਵੀ ਗੌਰਮੈਂਟ ਇੰਪਲੋਏ ਨੇ ਤੇ ਬੜਾ ਹੀ ਪਿਆਰ ਕਰਦੇ ਨੇ ਸਾਡੇ ਨਾਲ ਤੇ ਇਹਨਾਂ ਦੀ ਮਿਹਰਬਾਨੀ ਹੈ। ਲਓ ਜੀ ਇਹਨਾਂ ਦੇ ਨਾ ਜੀ ਇਹ ਦੋ ਬੱਚਿਆਂ ਦਾ ਤੁਹਾਨੂੰ ਸ਼ੋਅ ਕਰਾਉਣ ਲੱਗਿਆ ਜੀ, ਜਿਹੜੇ ਇਹਦੇ ਇਸੇ ਨਰ ਤੋਂ ਨਿਕਲੇ ਨੇ। ਇਹ ਵੀ ਦੱਸਣਾ ਕਿ ਕੈਸੇ ਲੱਗੇ ਨੇ, ਜਿਹੜੇ ਦੋਸਤ ਬਾਪ ਸਾਡੇ ਵੀਡੀਓ ਵੇਖਣ ਯਾਰ ਕਮੈਂਟ ਕਰਕੇ ਦੱਸਿਆ ਕਰੋ ਕਿ ਪਰਿੰਦੇ ਕੈਸੇ ਨੇ, ਤੇ ਜਿਹੜੇ ਦੋਸਤ ਬਾਪ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਯਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਆਲ 'ਤੇ ਕਲਿੱਕ ਕਰੋ ਤਾਂ ਕਿ ਜਿਹੜੀ ਵੀਡੀਓ ਤੁਹਾਨੂੰ ਬਰ ਵਕਤ ਮਸੂਲ ਹੋ ਜਾਵੇ। ਮਾਸ਼ਾਅੱਲਾ ਇਹ ਸਾਡੇ ਵਿਹਾੜੀ ਸਿਟੀ ਦੇ ਇੱਕ ਚੱਕ 56 WB ਦੇ ਪਰਿੰਦੇ ਨੇ ਜੀ, ਮਾਸ਼ਾਅੱਲਾ ਸਾਡੇ ਭਰਾ ਸੁਹੇਲ ਬੁੱਧ ਦੇ। ਕਿਆ ਖੂਬਸੂਰਤ ਅੱਖ ਅੱਲਾ ਨੇ ਲਾਈ ਹੈ, ਪੱਠੀ ਹੈ ਜੀ। ਹਾਂਜੀ,
क्या बात है, चंगी अगो ये भी ब्रीड कर रही है, मतलब कि नस्ली चंगा नस्ली ब्लड है जी। ए वेखो जी बगल चेक करो जी, कुंदा चेक करो, नीला कबूतर भी खाया ना जी। हाँ जी अच्छा, नीला जो पट्ठा विखाया इस वीडियो माँ वा कबूतरी, इस कबूतरी का पट्ठा माशाल्लाह जी। देखो ना परवाज बगल पूरी हिल रही है, वेखो ये परवाज आ, उस तो बाद दुम चेक करो एक पत्ता, उस तो बाद पंजे चेक करो मादी दे, खूबसूरत पंजे नाखन पंजे हर चीज़ ऐ। हुण इहदा पट्ठा भी चेक कराउण लगे तुहानू, ऐ पट्ठा चेक करो उहदा जी, माशाल्लाह जी बहुत ही वजूद बहुत प्यारे वजूद बने हुए हैं। वेखो ना जी कबूतर हाथ च आया भी दसदा है, ऐ वेखो बहुत प्यारे वजूद बने माशाल्लाह परिंदियां दे। ऐ वेखो जी अख चेक करो जी, इनकी अख भी चेक करो, इनकी अख उस तो भी सोहनी है। इनकी मां जी है नी जी वो बुरेल जी है ना कलफ वाली ब्रीड, हाँ जी उन्होंने आई हुई है भाई शेख हसन रशीद ने माशाल्लाह दी थी कबूतरी। अच्छा ये भाई शेख हसन रशीद कितों बिलोंग करते हैं, पाक पतन तो, पाक पतन तो जी। क्या बात है जी, अपना कीमती वक्त कढ़िया सानूं प्यार दिता कोई दोस्त से बाबे ना सोचण कि यार अली इमरान दी बाजियां लग गई ने ते हुण झोला चक के भज्जा फिरदा, नहीं जी असीं आए सीगे इन्हां ने सानूं बुलाया सी। तो बाकी सुहेल भाई भी कुछ कहना चाहते हैं, सुहेल भाई दसो जरा। भाई अली इमरान ने असी खुद बुलाया सी जी, भाई साढ़े भी जरा ना कबूतर साढ़े भी बड़े शौक दे रखे ने, असी बड़ी मेहनत नाल बनाए ने, साढ़े कबूतर की भी आके जरा ना एक वीडियो बनाओ लोगों को पता लगे कि साड़ी मेहनत नाल किन्ने साढ़े परिंदे बने हुए हैं माशाल्लाह जी। तो बाकी अलहमदुल्ला जिन्ना क है असी अली इमरान के नाल हैं जी, तो इंशाल्लाह ताला कोई लालच नहीं इन्हों साढ़े नाल, तो सानू इन्हों कोई लालच नहीं, एक बिरादराना साढ़ा तलक है, ये बाजियां पैन तो पहले भी साड़ा तलक सी, बेशक तो पहले भी माशाल्लाह साड़ा तलक सी, ते आन जान सी साड़ा जी। बाकी इन्हां नूं असी खुद बुला के अपने परिंदियां दा सिर्फ शौक कराउण वास्ते भी साढ़े परिंदे भी लोगों नूं पता लगे कि ये की ले चीज़ां ले बैठे माशाल्लाह। बाकी अलहमदुल्ला 22-23 साल हो गए इस काम में, शुक्र अल्लाह की जात का, जिहड़ा कबूतर फड़िया सी उहदा तुहानूं दस दिता, मैं फड़िया जिथों की ब्रीड सी दस दिता है उसकी ब्रीड। ये साढ़े यार बेली ने जी, जो अली इमरान ने सीधिया सचिया गल् कर अगो यार बेलिया ने भी उम्मीद की गल् कर। अली इमरान वेखो ना जी एक चीज़ साढ़े को जितों आए उ दसनी, हाँ बिल्कुल बिल्कुल, झूठ बाल के उनकी कीमत वधा देनिया है जी, 1 लाख रुपये का 2 लाख का 2.5 लाख का 3 लाख का अपने को अलहमदुल्ला जो आए ने जो है दस दिता। नहीं माशाल्लाह जी बहुत अच्छा जी, बहुत प्यारा शौक है जी, थोड़ा जहा खुडिया की तरफ जाहत भाई मार देना, तो माशाल्लाह इन्होंने आप मेहनत करके अपनी जिहड़ी नौकरी करते हैं उन्होंने जोड़ा जड़ाई करके तो इन्होंने सैटअप अपना तैयार किया, अपने डेरेदारी बनाई है, तो माशाल्लाह तुसी वेखो जी भाई अली इमरान तुहाडा बहुत बहुत नहीं नहीं तुसी भरा हो साडे साडे कहण ते आयो ते साडे चलो माशाल्लाह कहंदे दा आवाम नूं शौक करा रहे हो। हाँ जी उम्मीद करते हैं जी सारे दोस्तों नूं जिहड़ा ना साडे परिंदे पसंद आए होणगे, तो दुआ करने कि अल्लाह पाक तुहाडा भी शौक बहाल रखे। आमीन सुमा आमीन सुमा ਸਾਡੇ ਦੋਸਤਾਂ ਦੀ ਵੀ ਅੱਲਾ ਪਾਕ ਜ਼ਿੰਦਗੀ ਕਰੇ ਤੇ ਸਾਡੀ ਵੀ ਅੱਲਾ ਪਾਕ ਜ਼ਿੰਦਗੀ ਕਰੇ। ਸ਼ੁਕਰੀਆ ਜੀ ਬਹੁਤ ਮਿਹਰਬਾਨੀ, ਅੱਗੇ ਵੀ ਦੋਸਤਾਂ ਨਾਲ ਤਾਵਨ ਕਰਦੇ ਰਵਾਂਗੇ ਤੇ ਅੱਗੇ ਵੀ ਕਰਦੇ ਆਂ ਜੀ। ਮਾਸ਼ਾਅੱਲਾ ਜੀ ਬਹੁਤ ਮਿਹਰਬਾਨੀ ਸੁਹੇਲ ਭਾਈ ਨੇ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਉਮੀਦ ਕਰਾਂਗੇ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਅੱਜ ਦੀ ਵੀਡੀਓ ਵੀ ਤੁਸੀਂ ਜ਼ਰੂਰ ਪਸੰਦ ਕਰੋਗੇ। ਅਗਰ ਕਿਸੇ ਦੋਸਤਾਂ ਭਰਾਵਾਂ ਨੂੰ ਸਾਡੇ ਪਰਿੰਦੇ ਪਸੰਦ ਆਏ ਨੇ ਸਾਡੇ ਭਰਾ ਦੇ, ਇਸ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਅੱਛੇ ਅੱਛੇ ਕਮੈਂਟ ਕਰੋ। ਹੁਣ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਤੇ ਆਪਣੇ ਪਿਆਰਿਆਂ ਦੀ ਸਿਹਤ ਦਾ ਖਿਆਲ ਰੱਖਿਆ ਜੇ, ਤੇ ਅਸੀਂ ਹੁਣ ਤੁਹਾਡੇ ਤੋਂ ਸਲਾਮ ਕਰਦੇ ਹਾਂ ਜੀ, ਵਸਲਾਮ ਅੱਲਾਹ।